ਸ਼ੁਰੂਆਤ ਕਰਗੇ ਇਨਕਾਊਂਟਰ ਤੋਂ ਮੂਸੇ ਵਾਲਾ ਕਤਲकांड ਤੋਂ ਬਾਅਦ ਜਿਹੜਾ ਇਨਕਾਊਂਟਰ ਹੋਇਆ ਮਨਪੀਤ ਮਨੂ ਦਾ ਤੇ ਕੁੱਸੇ ਦਾ ਹੁਣ ਉਸ ਇਨਕਾਊਂਟਰ ਤੇ ਬਹਿਸ ਛੜ ਗਈ ਹੈ ਜੀ ਐ ਬਿਲਕੁਲ ਦੇਖੋ ਪਹਿਲਾਂ ਤਾਂ ਇਸ ਘਟਨਾਕਰਮ ਨੂੰ ਜੇਕਰ ਤੁਸੀਂ ਸਿੱਧੂ ਮੂਸੇ ਵਾਲੇ ਤੱਕ ਦੇਖਦੇ ਹੋ ਤਾਂ ਕਹਿ ਸਕਦੇ ਹੋ ਕਿ ਪੰਜਾਬ ਲਈ ਰਾਹਤ ਹੈ ਪੰਜਾਬ ਪੁਲਿਸ ਲਈ ਪ੍ਰਾਪਤੀ ਹੈ ਫਿਰ ਜੇਕਰ ਉਸ ਇਨਕਾਊਂਟਰ ਦੀ ਪੂਰੀ ਇਵਾਰਤ ਨੂੰ ਦੇਖਦੇ ਹੋ ਤਾਂ ਲੱਗਦਾ ਜੀ ਕਿ ਪਾਕਿਸਤਾਨ ਵਾਲੇ ਬਾਰਡਰ ਤੇ ਵਾਪਰਾ ਵਾਪਰੀ ਘਟਨਾ ਹੈ ਉਹ ਪਿੰਡ ਜਿਹੜਾ ਮਤਲਬ ਕੈਨ ਬਾਰਡਰ ਤੋਂ 7-8 ਕਿਲੋਮੀਟਰ ਦੀ ਮਾਤਰ ਦੂਰੀ ਤੇ ਉੱਤੇ ਆ ਉੱਥੇ ਦੋ ਉਹ ਸ਼ਾਪ ਸ਼ੂਟਰ ਕਹਿੰਦੇ ਕਿ ਜਿਹਨੇ ਸਭ ਤੋਂ ਪਹਿਲਾਂ ਗੋਲੀ ਮਾਰੀ ਸੀ ਜੀ ਉਹਦੇ ਵਿੱਚ ਜਿਹੜਾ ਮੰਨੂ ਦਾ ਨਾਮ ਆਉਂਦਾ ਕਿ ਉਸਨੇ ਸਭ ਤੋਂ ਪਹਿਲਾਂ ਨੇੜੇ ਹੋ ਕੇ ਗੋਲੀ ਮਾਰੀ ਤੇ ਉਸ ਤੋਂ ਬਾਅਦ ਕਹਿੰਦੇ ਕਿ ਇਹ ਦੋਨੇ ਉਹ ਸੀਗੇ ਜਿਹੜੇ ਐਨੇ ਦਿਨ ਲੁਕੇ ਰਹੇ 52 ਦਿਨਾਂ ਬਾਅਦ ਮਤਲਬ ਕਿ ਹੁਣ ਪੁਲਿਸ ਆਪਣੀ ਪਿੱਠ ਥਪਥ ਪਾਰੀ ਕਿ ਅਸੀਂ ਵੱਡੀ ਮਤਲਬ ਕਿ ਮੱਲ ਮਾਰ ਲਈ ਬੇਸ਼ੱਕ ਪੰਜਾਬ ਪੁਲਿਸ ਹਰਿਆਣਾ ਪੁਲਿਸ ਇਹ ਤੋਂ ਤਾਂ ਕਿ ਮਹਾਰਾਸ਼ਟਰ ਦੀ ਪੁਲਿਸ ਦਿੱਲੀ ਦੀ ਇਨਵੋਲਵਮੈਂਟ ਉਹਨਾਂ ਸਾਰੇ ਨਾਲ ਦਾਵਾ ਕੀਤਾ ਜਾ ਰਿਹਾ ਕਿ ਸੀ ਇਸ ਸਿੱਧੂ ਮੂਸੇ ਵਾਲੇ ਕਤਲकांड ਨਾਲ ਜੁੜੇ 51 ਤੋਂ ਵੱਧ ਬੰਦਿਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਸੋ ਉਹਨਾਂ ਦੇ ਵਿੱਚ ਹੁਣ ਆ ਦੋ ਬੰਦੇ ਕਹਿੰਦੇ ਕਿ ਹੁਣ ਪੁਲਿਸ ਨੇ ਜੇਕਰ ਤੁਸੀਂ ਰਿਪੋਰਟ ਦੇ ਹਵਾਲੇ ਨਾਲ ਪਹਿਲਾਂ ਦੇਖੋ ਫਿਰ ਆਪਾਂ ਸੋਸ਼ਲ ਮੀਡੀਆ ਵਾਲੀ ਬਹਿਸ ਤੇ ਵੀ ਆਉਣੇ ਆ ਕਿ ਪੁਲਿਸ ਦਮ ਭਰਦੀ ਹੈ ਕਿ ਇਹਨਾਂ ਕੋਲ ਆਧੁਨਿਕ ਹਥਿਆਰ ਸੀ AK-47 ਵਰਗੀਆਂ ਰੈਫਲਾਂ ਸੀ ਤੇ ਇਹ ਚਿੱਟਾ ਲੈਣ ਦੇ ਆਦੀ ਸੀ ਕਹਿੰਦੇ ਸੋ ਪੰਜਾਬ ਤੋਂ ਇਹ ਬਾਹਰ ਲੁਕੇ ਸੀ ਤੇ ਚਿੱਟਾ ਇਹਨਾਂ ਨੂੰ ਮਿਲ ਨਹੀਂ ਰਿਹਾ ਸੀ ਇਹ ਚਿੱਟੇ ਦੀ ਮਜਬੂਰੀ ਇਹਨਾਂ ਨੂੰ ਪੰਜਾਬ ਲੈ ਆਈ ਜਦੋਂ ਕਿ ਹੁਣ ਕੁਝ ਏਜੰਸੀਆਂ ਇਹ ਵੀ ਦਮ ਭਰਦੀਆਂ ਜੀ ਕਿ ਇਹਨਾਂ ਨੇ ਬਾਰਡਰ ਟੱਪ ਕੇ ਪਾਕਿਸਤਾਨ ਜਾਣਾ ਸੀ ਜੀ ਉੱਥੇ ਇਹਨਾਂ ਦੇ ਲਈ ਰਹਿਣ ਦਾ ਪ੍ਰਬੰਧ ਹੋ ਗਿਆ ਸੀ ਜੀ ਬਹੁਤ ਮਤਲਬ ਕਿ ਉਹੀ ਲਗਭਗ ਜਦੋਂ ਤੁਸੀਂ ਪੁਲਿਸ ਦੀ ਪੂਰੀ ਉਹ ਚਿੱਠੀ ਪੜ੍ਹਦੇ ਹੋ ਮਤਲਬ ਕਿ ਜਿਹੜੀ ਕਹਾਣੀ ਹੁਣ ਸਾਹਮਣੇ ਆ ਰਹਿੰਦੀ ਜਾਂਦੀ ਹੈ ਉਹ ਲਗਭਗ ਬਹੁਤ ਤੁਹਾਨੂੰ ਪਿੱਛੇ ਲੈ ਕੇ ਜਾਂਦੀ ਆ ਉਹ ਖੜਕੂਵਾਦੇ ਦੌਰ ਦੇ ਵਿੱਚ ਉਵੇਂ ਤਰ੍ਹਾਂ ਦੀ ਕਿਵਾਰਤ ਲਿਖੀ ਹੋਈ ਵੀ ਲੱਗਦੀ ਆ ਜੀ ਫਿਰ ਫਿਰ ਇਹਦੇ ਵਿੱਚ ਜਦੋਂ ਤੁਸੀਂ ਇਨਕਾਉਂਟਰ ਵਾਲਾ ਦੇਖਦੇ ਹੋ ਤਾਂ ਪਿੰਡ ਤੋਂ ਬਾਹਰ ਘਰ ਆ ਉਹ ਖੇਤਾਂ ਦੇ ਵਿੱਚ ਬਣੀਆਂ ਹਵੇਲੀਆਂ ਜਿਵੇਂ ਆਪਣੇ ਜਿੱਥੇ ਡੰਗਰ ਪਚੂ ਵੀ ਕੁਲਾ ਉਵੇਂ ਉਵੇਂ ਉਹ ਬਣੀ ਥਾਂ ਐ ਤੇ ਉਹਦੇ ਅੰਦਰੋਂ ਮਤਲਬ ਕਿ ਸਵੇਰੇ ਸਵਾਕ 10 ਵਜੇ ਪੁਲਿਸ ਉੱਥੇ ਪਹੁੰਚ ਜਾਂਦੀ ਆ ਤੇ 10 ਵਜੇ ਕੇ 15 ਮਿੰਟ ਤੇ ਉਹ ਹਵੇਲੀ ਨੂੰ ਘੇਰਾਬੰਦੀ ਸ਼ੁਰੂ ਹੁੰਦੀ ਆ ਫਿਰ ਪਿੰਡ ਦੀ ਨਾਕਾਬੰਦੀ ਹੁੰਦੀ ਆ ਤੇ 10:45 ਮਿੰਟ ਤੇ ਪੁਲਿਸ ਦਾ ਦਾਵਾ ਹੈ ਕਿ ਜੀ ਹਵੇਲੀ ਦੇ ਅੰਦਰੋਂ ਪਹਿਲਾ ਫਾਇਰ ਹੁੰਦਾ ਸੋ ਪਹਿਲੀਆਂ ਗੋਲੀਆਂ ਅੰਦਰੋਂ ਚੱਲਦੀਆਂ ਕਹਿੰਦੇ ਅਸੀਂ ਅਪੀਲ ਕਰਦੇ ਰਹੇ ਕਿ ਜੀ ਬਾਹਰ ਆਜੋ ਸਰੈਂਡਰ ਕਰ ਦਿਓ ਉਹਨਾਂ ਨੇ ਸਰੈਂਡਰ ਨਹੀਂ ਕੀਤਾ ਤੇ ਸਾਡੇ ਕੋਲ ਪੁਖਤਾ ਜਾਣਕਾਰੀ ਸੀ ਉਹ 10:45 ਤੋਂ ਗੋਲੀਬਾਰੀ ਸ਼ੁਰੂ ਹੋ ਕੇ 3:25 ਤੱਕ ਚੱਲਦੀ ਆ ਮਤਲਬ ਲੰਬਾ ਇਨਕਾਉਂਟਰ ਆ ਪੰਜਾਬ ਦੇ ਇਤਿਹਾਸ ਦੇ ਵਿੱਚ ਜਿਹੜਾ 4 ਘੰਟਿਆਂ ਤੋਂ ਵੀ ਉੱਪਰ ਚੱਲਿਆ ਤੇ ਉਸ ਤੋਂ ਬਾਅਦ ਹੁਣ ਪੁਲਿਸ ਦਾਵਾ ਕਰੇ ਕਿ ਜੀ ਅਸੀਂ ਉਸ ਤੋਂ ਬਾਅਦ ਅੰਦਰੋਂ ਜਦੋਂ ਫਾਇਰਿੰਗ ਬੰਦ ਹੋ ਗਈ ਫਿਰ ਅਸੀਂ ਉਹ ਲਈ ਅੰਦਰ ਗਏ ਤਾਂ ਸਾਨੂੰ ਦੋ ਇਲਾਸ਼ਾਂ ਬਰਾਮਦ ਹੋ ਗਈਆਂ ਕੋਲ ਏਕ 47 ਮਿਲੀ ਹੁਣ ਅਸੀਂ ਖੋਲ ਮਲਾ ਕੇ ਦੇਖਾਂਗੇ ਜੀ ਜਿਹੜਾ ਸਿੱਧੂ ਮੂਸੇ ਵਾਲੇ ਦੇ ਉੱਤੇ ਜਿਹੜੀ ਗੋਲੀਬਾਰੀ ਹੋਈ ਸੀ ਕਿ ਉਹ ਹੀ ਆ ਇੱਕ ਇੱਕ ਜਿਹੜਾ ਸ਼ਾਪ ਸ਼ੂਟਰ ਮਾਰਿਆ ਗਿਆ ਉਹਦਾ ਬਾਪੂ ਨੇ ਵੀ ਕਿਹਾ ਕਿ ਅਸੀਂ ਤਾਂ ਪਹਿਲਾਂ ਬੇਦਖਲ ਕਰ ਚੁੱਕੇ ਆ ਅਸੀਂ ਲਾਸ਼ ਵੀ ਨਹੀਂ ਲੈਣੀ ਸੋ ਆਹ ਸਾਰੀਆਂ ਜਿਹੜੀਆਂ ਮਤਲਬ ਕਿ ਉਹ ਨੇ ਇਹ ਪੁਲਿਸ ਦੇ ਹਵਾਲੇ ਨਾਲ ਨੇ ਪਰ ਹੁਣ ਸੋਸ਼ਲ ਮੀਡੀਆ ਤੇ ਇੱਕੋ ਹੀ ਬਹਿਸ ਫੇਰ ਛੜੀ ਆ ਕਿ ਕੀਏ ਅਸਲੀ ਐਨਕਾਉਂਟਰ ਆ ਜਾਂ ਫੇਕ ਐਨਕਾਉਂਟਰ ਆ ਇਸ ਨੂੰ ਲੈ ਕੇ ਵੀ ਮਤਲਬ ਕੀ ਤੁਸੀਂ ਇਹ ਦੇਖੋ ਕਿ ਪੰਜਾਬ ਨੂੰ ਪਤਾ ਹੀ ਨਹੀਂ ਲੱਗਿਆ ਪਲਕ ਝਮਕਦਿਆਂ ਅਸੀਂ ਆਪਣਾ ਸੱਭਿਆਤਾ ਛੱਡ ਕੇ ਕਦੋਂ ਪਜਾਮੇ ਤੋਂ ਪੈਂਟ ਤੇ ਆ ਗਏ ਤੇ ਕਦੋਂ ਪੈਂਟ ਤੋਂ ਜੀਨ ਤੇ ਆ ਗਏ ਉਸੇ ਤਰ੍ਹਾਂ ਪੰਜਾਬ ਨੂੰ ਪਤਾ ਹੀ ਨਹੀਂ ਲੱਗਿਆ ਕਿ ਕਦੋਂ ਅਸੀਂ ਖੜਕੂਬਾਦ ਸ਼ਬਦ ਜਿਹੜਾ ਲੋਕਾਂ ਲਈ ਸੰਘਰਸ਼ਮਈ ਸ਼ਬਦ ਸੀ ਜਝਾਰੂ ਸ਼ਬਦ ਸੀ ਉਹਨੂੰ ਕਦੋਂ ਅਸੀਂ ਅੱਤਵਾਦ ਦਾ ਨਾਮ ਦਿੱਤਾ ਤੇ ਕਦੋਂ ਉਹ ਅੱਤਵਾਦ ਜਿਹੜਾ ਅਸਲ ਜੱਤਵਾਦਾ ਸੀ ਉਹਨੂੰ ਗੈਂਗਸਟਰ ਕਹਿ ਰਹੇ ਆ ਸੋ ਇਹ ਸ਼ਬਦਾਂ ਦੇ ਫਰਕ ਵੀ ਨਹੀਂ ਅਸੀਂ ਸਮਝ ਪਾਏ ਕਿ ਖੜਕੂਬਾਦ ਦਾ ਮਤਲਬ ਲੜਨਾ ਜੂਝਣਾ ਹੁੰਦਾ ਹੈ ਉਹਨਾਂ ਦਾ ਕੋਈ ਬੇਸ ਸੀ ਕੋਈ ਏਮ ਸੀ ਕਿਸੇ ਸੋਚ ਨੂੰ ਲੈ ਕੇ ਚਰੇ ਸੀ ਬੇਸ਼ੱਕ ਉਹਦੇ ਵਿੱਚ ਬਾਅਦੋਂ ਸ਼ਰਾਰਤੀ ਧਿਰਾਂ ਸ਼ਾਮਲ ਹੋਈਆਂ ਲੁੱਟਖੋਣੀਆਂ ਧਿਰਾਂ ਸ਼ਾਮਲ ਹੋਈਆਂ ਉਹਦੇ ਵਿੱਚ ਕਿਤੇ ਏਜੰਸੀਆਂ ਸ਼ਾਮਲ ਹੋਈਆਂ ਤੇ ਉਹਦਾ ਸਾਰਾ ਰੂਪ ਰੰਗ ਵਿਗੜਿਆ ਤੇ ਉਹਦਾ ਅਸਰ ਪੰਜਾਬ ਨੇ ਝੱਲਿਆ ਕਿਉਂਕਿ ਮਾਰ ਪੰਜਾਬ ਨੂੰ ਸਾਰੇ ਪਾਸਿਓਂ ਪਈ ਆ ਤੋ ਅੱਜ ਜਦੋਂ ਆਹ ਇਨਕਾਊਂਟਰ ਦੁਬਾਰਾ ਇੰਨੇ ਸਾਲਾਂ ਬਾਅਦ ਸਾਹਮਣੇ ਆਇਆ ਤੇ ਨੌਜਵਾਨ ਮੁੰਡੇ ਨੇ ਪੰਜਾਬ ਦੇ ਹੀ ਮੁੰਡੇ ਨੇ ਤੇ ਉਸ ਤੋਂ ਬਾਅਦ ਹੁਣੇ ਹੁਣੇ ਚਿੱਟੇ ਦੇ ਆਦੀ ਨੇ ਕੀਏ ਪੈਸਿਆਂ ਦੇ ਆਦੀ ਨੇ ਕੀਏ ਗੋਲੀਆਂ ਦੇ ਆਦੀ ਨੇ ਕਿਉਂ ਇਸ ਸਥਿਤੀ ਵਿੱਚ ਪੰਜਾਬ ਖੜਾ ਇਹ ਫਿਕਰਮੰਦੀ ਆ ਹੁਣ ਬੇਸ਼ੱਕ ਇੱਕ ਤਰੋ ਹੈ ਜਿਹੜੀ ਮਤਲਬ ਕਿ ਇਸ ਪੱਖੋਂ ਸਕੂਨ ਮਹਿਸੂਸ ਕਰਦੀ ਹੈ ਕਿ ਚਲੋ ਜੀ ਪੰਜਾਬ ਸਰਕਾਰ ਨੇ ਕਮਾਲ ਕਰਤੀ ਪੰਜਾਬ ਪੁਲਿਸ ਨੇ ਕਮਾਲ ਕਰਤੀ ਜੀ ਸਿੱਧੂ ਮੂਸੇ ਵਾਲੇ ਦਾ ਬਦਲਾ ਲੈ ਹੋ ਗਿਆ ਦੂਸਰੇ ਪਾਸੇ ਉਹ ਤੇ ਫਿਕਰਮੰਦੀ ਚ ਹੈ ਕਿ ਕੀਏ ਪ੍ਰਾਣੇ ਕਾਲੇ ਦੌਰ ਵੱਲ ਵਧਣ ਦੀ ਕਹਾਣੀ ਤਾਂ ਨਹੀਂ ਸ਼ੁਰੂ ਹੋਈ ਇਹ ਉਹਦੀ ਭੂਮਿਕਾ ਤਾਂ ਨਹੀਂ ਕਿਤੇ ਕਿ ਫੇਰ ਅਜਿਹੇ ਇਨਕਾਊਂਟਰ ਸਾਨੂੰ ਨਿਤ ਦਿਨ ਪੰਜਾਬ ਚ ਦੇਖਣ ਨੂੰ ਮਿਲਣ ਖੁੱਲੀ ਕਿਉਂਕਿ ਉਸ ਮਤਲਬ ਕਿ 84 ਵਾਲੇ ਦੌਰ ਤੋਂ ਬਾਅਦ ਤੇ ਅੱਜ ਵਾਲੇ 2022 ਵਾਲੇ ਦੌਰ ਦੇ ਵਿੱਚ ਫਰਕ ਇਹ ਆ ਕੇ ਹਥਿਆਰ ਬਹੁਤ ਅਦੁਨਿਕ ਨੇ ਸਾਡੇ ਕੋਲ ਟੈਕਨੋਲੋਜੀ ਬਹੁਤ ਅਦੁਨਿਕ ਹੈ ਸਾਡੇ ਕੋਲ ਸੋਰਸ ਬੜੇ ਤਕੜੇ ਨੇ ਦੋਹੇ ਪਾਸਿਓਂ ਚਾਹੇ ਉਹ ਸਰਕਾਰਾਂ ਵਾਲੇ ਪੱਖ ਤੋਂ ਹੋਣ ਤੇ ਚਾਹੇ ਇਹਨਾਂ ਨੌਜਵਾਨਾਂ ਵਾਲੇ ਜਿਹੜੇ ਗੈਂਗਸਟਰ ਦੇ ਵਿੱਚ ਗਲਤ ਰਾਹਾਂ ਤੇ ਤੁਰਪੇ ਉਹਨਾਂ ਵਾਲੇ ਪੱਖ ਤੋਂ ਸੋ ਉਸ ਨੂੰ ਲੈ ਕੇ ਪੰਜਾਬ ਉਹ ਹਥਿਆਰ ਹੁਣ ਉਸ ਸਮੇਂ ਨਾਲੋਂ 100 ਗੁਣਾ ਵੱਧ ਨੇ ਜੀ ਤੇ ਹੁਣ ਜਿਹੜੀ ਇਹ ਇਹ ਸਾਰਾ ਇਨਕਾਊਂਟਰ ਦਾ ਦਮ ਪਰਿਆ ਜਿਹੜਾ ਜਿਸ ਦਮ ਦੇ ਉੱਤੇ ਉਹ ਕਮਾਲ ਦੀ ਹੈ ਹੁਣ ਤੱਕ ਕੀ ਹੁੰਦਾ ਸੀਗਾ ਕਿ ਪੁਲਿਸ ਸੂਈਆਂ ਦੇ ਸਿਰ ਤੇ ਉੱਤੇ ਪੈੜ ਨੱਪਦੀ ਸੀ हां जी किसी नु قاتل नु ਫੜਨਾ ਹੈ ਕਿਸੇ ਮੁਜ਼ਰਮ ਨੂੰ ਫੜਨਾ ਹੈ ਕਿਸੇ ਭਗੌੜੇ ਨੂੰ ਫੜਨਾ ਤਾਂ ਉਹਦੀ ਹੁੰਦੀ ਸੀ ਕਿ ਉਹਦੇ ਰਿਸ਼ਤੇਦਾਰ ਕਿੱਥੇ ਰਹਿੰਦੇ ਨੇ ਉਹਦੇ ਜਾਣ ਪਛਾਨ ਵਾਲੇ ਕਿੱਥੇ ਰਹਿੰਦੇ ਨੇ ਉਹਨਾਂ ਦੇ ਘਰਾਂ 'ਚ ਰਾਤ ਨੂੰ ਛਾਪਾ ਮਾਰ ਲਓ ਮਾਂ ਨੂੰ ਤਾਂ ਮਿਲਣ ਆਊਗਾ ਹੀ ਹੈ ਬੈਂਕ 'ਚੋਂ ਪੈਸੇ ਕਢਾਉਣ ਤਾਂ ਆਊਗਾ ਹੀ ਕੁਝ ਅਜਿਹੇ ਨੁਕਤੇ ਹੁੰਦੇ ਸੀ ਫਿਰ ਨੁਕਤਾ ਫਿਰ ਨੁਕਤਾ ਬਦਲਿਆ ਕਿ ਫੋਨ ਆ ਗਿਆ ਜੀ ਫਿਰ ਕਹਿੰਦੇ ਜੀ ਕਿ ਫੋਨ ਜਿੱਥੇ ਵੀ ਬੰਦਾ ਕਰ ਵਹਿੰਦਾ ਸੀ ਉਥੋਂ ਟ੍ਰੇਸ ਹੋ ਜਾਂਦਾ ਸੀ ਕਿ ਜਦੋਂ ਵੀ ਜਾ ਕੇ ਕਿਹੜੇ ਟਾਵਰ ਤੋਂ ਫੋਨ ਚੱਲ ਰਿਹਾ ਜੀ ਉਸ ਟਾਵਰ ਦੇ ਏਰੀਆ ਚੋਂ ਨੰਬਰ ਵਾਲੇ ਬੰਦੇ ਚੱਕ ਲਏ ਜਾਂਦੇ ਸੀ ਉਸ ਏਰੀਆ ਚ ਜਿੰਨੇ ਫੋਨ ਚੱਲੇ ਉਹ ਚੱਕ ਲਏ ਜਾਂਦੇ ਲਿਸਟ ਕਢਾਈ ਜਾਂਦੀ ਸੀ ਕਿ ਇਸ ਇਲਾਕੇ ਦੇ ਵਿੱਚੋਂ ਕਿੰਨੇ ਫੋਨ ਕਿਹਦੇ ਨੰਬਰ ਤੇ ਹੋਏ ਨੇ ਸੋ ਉਸ ਤਰੀਕੇ ਨਾਲ ਫਿਰ ਉਹ ਹਵਾਲਾ ਚੱਲਿਆ ਹੁਣ ਉਸ ਤੋਂ ਅਗਲਾ ਅੱਜ ਜਿਹੜਾ ਇਹ ਦਮ ਪਰ ਰਹੀ ਹੈ ਪੰਜਾਬ ਪੁਲਿਸ ਉਹ ਹੈ ਜੀ ਤੁਹਾਡੀ ਆਵਾਜ਼ ਦੇ ਦਮ ਦੇ ਉੱਤੇ ਜੀ ਉਹ ਕਹਿੰਦੇ ਕਿ ਹੁਣ ਟੈਕਨੋਲੋਜੀ ਦੇ ਵਿੱਚ ਅਸੀਂ ਇੱਕ ਪੁਲਿਸ ਨੇ ਇੱਕ ਆਵਾਜ਼ ਦਾ ਬੈਂਕ ਬਣਾਇਆ ਹੈ ਜਿਹੜਾ ਪੰਜਾਬ ਦੇ ਅਪਰਾਧੀਆਂ ਦਾ ਭਗੌੜਿਆਂ ਦਾ ਗੈਂਗਸਟਰਾਂ ਦਾ ਉਹ ਇੱਕ ਆਵਾਜ਼ ਦਾ ਬੈਂਕ ਹੈ ਸਾਡੇ ਕੋਲ ਉਹ ਚ ਬੰਦਾ ਆਪਣੀ ਸ਼ਕਲ ਬਦਲ ਲਵੇ ਆਪਣੀ ਸੂਰਤ ਬਦਲ ਲਵੇ ਆਪਣਾ ਰਹਿਣ ਸਾਨ ਦਾ ਢੰਗ ਬਦਲ ਲਵੇ ਇੱਥੋਂ ਤੱਕ ਕਿ ਉਹ ਪਲਾਸਟਿਕ ਸਰਜਰੀ ਵੀ ਕਰਾ ਲਵੇ ਪਰ ਉਹਦੀ ਆਵਾਜ਼ ਨਹੀਂ ਬਦਲਦੀ ਸੋ ਕਹਿੰਦੇ ਕਿ ਇਹ ਮਹਾਲੀ ਦੇ ਵਿੱਚ ਪਿਛਲੇ ਦਿਨੀ ਜਿਹੜੇ ਮੁੰਡੇ ਫੜੇਗੇ ਉਹਨਾਂ ਨਾਲ ਲਗਾਤਾਰ ਫੋਨ ਤੇ ਸੀ ਔਰ ਉਹਨਾਂ ਦੀ ਫੋਨ ਦੀ ਆਵਾਜ਼ ਦੇ ਬੇਸ ਦੇ ਉੱਤੇ ਇਹ ਪਛਾਣ ਕੀਤੀ ਜਾਂਦੀ ਹੈ ਕਿ ਇਹ ਭਾਈ ਕਿੱਥੋਂ ਚੱਲ ਰਿਹਾ ਫੋਨ ਇਹ ਆਵਾਜ਼ ਕਿੱਥੋਂ ਆ ਰਹੀ ਆ ਸੋ ਉਸ ਹਵਾਲੇ ਨਾਲ ਪੁਲਿਸ ਨੇ ਦਮ ਭਰਿਆ ਕਿ ਅਸੀਂ ਇਹ ਇਸ ਢੰਗ ਨਾਲ ਫੜੇ ਨੇ ਪਰ ਸਵਾਲ ਪੰਜਾਬ ਮੂਰੇ ਖੜਾ ਕਿ ਕੀ ਪੰਜਾਬ ਦੇ ਮੁੰਡੇ ਫਿਰ ਹੁਣ ਇਸੇ ਤਰ੍ਹਾਂ ਮਰਨਗੇ ਕੀ ਪੰਜਾਬ ਦੀ ਜਵਾਨੀ ਦਾ ਘਾਣ ਫਿਰ ਇਸੇ ਤਰ੍ਹਾਂ ਹੋਏਗਾ ਕੀ ਪੰਜਾਬ ਦੀ ਜਵਾਨੀ ਨੂੰ ਫਿਰ ਪੁਲਿਸ ਔਰ ਮਤਲਬ ਕਿ ਇਸ ਦੌਰ ਦੇ ਵਿੱਚ ਦੇਖਣਾ ਪਏਗਾ ਕਿ ਬੱਚੇ ਇਦਾਂ ਘਮਾਉਣੇ ਪੈਣਗੇ ਇਹ ਸਵਾਲ ਹੈ ਸੋ ਇਸ ਦੇ ਉੱਤੇ ਲੈ ਕੇ ਹੁਣ ਸਿਰਦ ਧਿਰਾਂ ਚਿੰਤਤ ਵੀ ਨੇ ਪੰਜਾਬ ਦੀਆਂ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਪੰਜਾਬ ਦੇ ਬੁੱਧੀਜੀਵੀ ਵਰਗ ਇੱਕ ਵਾਰ ਫਿਰ ਫਿਕਰਮੰਦੀ ਚ ਨੇ ਔਰ ਪੰਜਾਬ ਪੁਲਿਸ ਨੂੰ ਬੇਸ਼ੱਕ ਸਰਕਾਰ ਨੇ ਥਾਪੜਾ ਦਿੱਤਾ ਬੇਸ਼ੱਕ ਪੁਲਿਸ ਨੇ ਦਮ ਪਰਿਆ ਕਿ ਅਸੀਂ ਇੱਕ ਬਦਲਾ ਲੈ ਲਿਆ ਉਸ ਤੋਂ ਉਹ ਲੋਕ ਚਾਹੁੰਦੇ ਸੀ ਕਿ ਹਾਂ ਸਿੱਧੂ ਮਸੇਵਾਲੇ ਦੇ ਕਾਤਲ ਫੜੇ ਜਾਣ ਉਹਨਾਂ ਨੂੰ ਸਜ਼ਾ ਮਿਲਣ ਹੁਣ ਇਸ ਗੱਲ ਨੂੰ ਲੈ ਕੇ ਦੋਰੀ ਬਹਿਸ ਹੈ ਕਿ ਕੀ ਇਹ ਜਿਉਂਦੇ ਫੜੇ ਜਾ ਸਕਦੇ ਸੀ ਹੈ ਜਾਂ ਇਹ ਇਨਕਾਉਂਟਰ ਹੀ ਜ਼ਰੂਰੀ ਸੀ ਜੇਕਰ ਜਿਉਂਦੇ ਫੜੇ ਜਾਂਦੇ ਤਾਂ ਕੁਝ ਤਰ੍ਹਾਂ ਕਹਿੰਦੀਆਂ ਫੇਰ ਕੀ ਹੋਣਾ ਸੀ ਫੇਰ ਉਹੀ ਕੋਰਟ ਕਚਹਿਰੀ ਫੇਰ ਉਹੀ ਗਵਾਹ ਉਹੀ ਮੁਕਰਨਾ ਉਹੀ ਗਵਾਹੀ ਦੇਣਾ ਲੰਬਾ ਪ੍ਰੋਸੈਸ ਤੇ ਕੁਝ ਕਹਿੰਦੇ ਕਿ ਨਹੀਂ ਗਲਤ ਹੋਇਆ ਇਹਨਾਂ ਨੂੰ ਕਾਨੂੰਨੀ ਤੌਰ ਦੇ ਉੱਤੇ ਫੜਿਆ ਜਾ ਸਕਦਾ ਸੀ ਜਾਣ ਕੇ ਨਹੀਂ ਪੜਿਆ ਸੋ ਇਸ ਤਰ੍ਹਾਂ ਦੀ ਬਹਿਸ ਸੋ ਇੱਕ ਤਰ੍ਹਾਂ ਨਾਲ ਪੰਜਾਬ ਦੇ ਵਿੱਚ ਦੋਹਰੀ ਬਹਿਸ ਛੜੀ ਆ ਚਾਹੇ ਉਹ ਇੱਕ ਇਸ ਪੱਖ ਨੂੰ ਲੈ ਕੇ ਹੋਵੇ ਕਿ ਹਾਂ ਬਦਲਾ ਲੈਣ ਚ ਕਾਮਯਾਬੀ ਹੈ ਮਤਲਬ ਸਵਾਲ ਫਿਰ ਉੱਥੇ ਹੀ ਆ ਕਿ ਇਹ ਐਨਕਾਉਂਟਰ ਜੇਕਰ ਮਤਲਬ ਕਿ ਹੋ ਰਹੇ ਨੇ ਤਾਂ ਕੀ ਉਹ ਜਾਇਜ਼ ਨੇ ਜਾਂ ਫਿਰ ਜਿਹੜੇ ਮਤਲਬ ਕਤਲ ਹੋ ਰਹੇ ਨੇ ਉਹਨਾਂ ਦੀ ਭੂਮਿਕਾ ਕੀ ਆ ਕਿਉਂਕਿ ਕਿਤਨਾ ਕਿਤੇ ਪੰਜਾਬ ਉਸੇ ਨੁਕਸਾਨ ਵੱਲ ਵੱਧ ਰਿਹਾ ਇਹ ਫਿਕਰਮੰਦੀ ਪੰਜਾਬ ਚੋਂ ਤੁਸੀਂ ਇਹ ਦੇਖੋ ਨਾ ਜਦੋਂ ਉਹ ਕਾਲਾ ਦੌਰ ਸੀਗਾ ਜਦੋਂ 84 ਦਾ ਦੌਰ ਸੀਗਾ ਜਦੋਂ ਖੜਕੂਵਾ ਦਾ ਦੌਰ ਸੀ ਤਦ ਕੁਝ ਮੁੰਡੇ ਜਿਹੜੇ ਕੁਰਾਹੇ ਪੈ ਗਏ ਗਲਤ ਰਾਹੇ ਪੈ ਗਏ ਉਹ ਪੁਲਿਸ ਦੀ ਗੋਲੀ ਦਾ ਸ਼ਿਕਾਰ ਹੋਏ ਕੁਝ ਪੁਲਿਸ ਨੇ ਆਪਣੀਆਂ ਫੀਤੀਆਂ ਲਾਉਣ ਲਈ ਆਪਣੇ ਸਟਾਰ ਲਾਉਣ ਲਈ ਆਪਣੇ ਅਹੁਦੇ ਵਧਾਉਣ ਲਈ ਝੂਠੇ ਇਨਕਾਊਂਟਰ ਕੀਤੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ ਗਏ ਫਿਰ ਕੁਝ ਲੋਕ ਬਸਾਂ 'ਚੋਂ ਲਾ ਕੇ ਮਾਰੇ ਹਾਂ ਉਹ ਚਾਹੇ ਧਰਮ ਨੂੰ ਆੜ ਬਣਾ ਕੇ ਫਿਕ ਭਾਈਚਾਰੇ ਨੂੰ ਆੜ ਬਣਾ ਕੇ ਉਹ ਲੋਕ ਪਹਿਚਾਨ ਕਰ ਕਰਕੇ ਬੱਸਾਂ 'ਚੋਂ ਲਾਲਾ ਮਾਰੇ ਪਿੰਡਾਂ ਸ਼ਹਿਰਾਂ 'ਚ ਜਾ ਕੇ ਮਾਰੇ ਫਿਰ ਉਸ ਤੋਂ ਬਾਅਦ ਪੁਲਿਸ ਮਾਰੀ ਗਈ ਉਸ ਦੌਰਾਨ ਪਰ ਉਹ ਸਾਰੀਆਂ ਤਰ੍ਹਾਂ ਚਾਹੇ ਉਹ ਸੱਚੇ ਮੁਕਾਬਲੇ 'ਚ ਮਾਰੇ ਗਏ ਚਾਹੇ ਝੂਠੇ ਮੁਕਾਬਲੇ 'ਚ ਮਾਰੇ ਗਏ ਚਾਹੇ ਬੱਸਾਂ 'ਚੋਂ ਆਮ ਨਾਗਰਿਕ ਲਾ ਕੇ ਮਾਰੇ ਗਏ ਚਾਹੇ ਪੁਲਿਸ ਵਾਲੇ ਮਾਰੇ ਗਏ ਮਰੇ ਕਿਹਦੇ ਪੰਜਾਬ ਦੇ ਨੁਕਸਾਨ ਕਿਦਾ ਹੋਇਆ ਪੰਜਾਬ ਦਾ ਤੇ ਕਰਜ਼ਾ ਫਿਰ ਪੰਜਾਬ ਦੇ ਸਿਰ ਸੋ ਉਸੇ ਸਥਿਤੀ ਨੂੰ ਲੈ ਕੇ ਪੰਜਾਬ ਫਿਰ ਫਿਕਰਮੰਦੀ ਆ ਕਿ ਕੱਲ੍ਹ ਪਾਈ ਹੁਣ ਪੁਲਿਸ ਕਹਿੰਦੀ ਸਾਡੇ ਤਿੰਨ ਬੰਦੇ ਜ਼ਖਮੀ ਹੋ ਗਏ ਜੀ ਇੱਕ ਸਾਡਾ ਐਸਆਈ ਇੱਕ ਹੋਰ ਐਸਆਈ ਇੱਕ ਸਾਡਾ ਹੈੱਡ ਕਨਸਟੇਬਲ ਤੇ ਇੱਕ ਕੈਮਰਾਮੈਨ ਮੀਡੀਆ ਪੱਤਰਕਾਰ ਹੀ ਭਾਈਚਾਰੇ ਦੇ ਵਿੱਚੋਂ ਇੱਕ ਨੁਮਾਇੰਦਾ ਸੋ ਚਾਰ ਬੰਦੇ ਕਹਿੰਦੇ ਜੀ ਤਿੰਨ ਪੁਲਿਸ ਵਾਲੇ ਤੇ ਇੱਕ ਬੰਦਾ ਉਹ ਜ਼ਖਮੀ ਹੋ ਗਿਆ ਦੋ ਅਸੀਂ ਮਾਰ ਮਾਰੇ ਮਤਲਬ ਕਿ ਮਾਰ ਮੁਕਾਏ ਜਿਹੜੇ ਗੈਂਗਸਟਰ ਨੇ ਸੋ ਇਹਦੇ ਵਿੱਚ ਫਿਰ ਦੋਹੇ ਧਿਰਾਂ ਦਾ ਟਕਰਾ ਤੇ ਉਹਦੇ ਵਿੱਚ ਫਿਰ ਆਮ ਜਨਤਾ ਫਿਰ ਵਿੱਚ ਖੜੀ ਆ ਸੋ ਉਸ ਨੂੰ ਲੈ ਕੇ ਇੱਕ ਵਾਰ ਫਿਰ ਪੰਜਾਬ ਦੇ ਸਿਰ ਦੇ ਉੱਤੇ ਫਿਕਰਮੰਦੀ ਹੈ ਔਰ ਸੋਸ਼ਲ ਮੀਡੀਆ ਉੱਤੇ ਬਹਿਸ ਦੋਰੀ ਤੀਰੀ ਕਈ ਮਤਲਬ ਪਰਤਾਂ 'ਚ ਚੱਲ ਰਹੀ ਹੈ ਕਿ ਕੀ ਇਹ ਸਹੀ ਸੀ ਕੀ ਇਹ ਨਹੀਂ ਹੋਣਾ ਚਾਹੀਦਾ ਸੀ ਕੀ ਹੋਣਾ ਚਾਹੀਦਾ ਸੀ ਆਉਣ ਵਾਲੇ ਸਮੇਂ 'ਚ ਇਹ ਬਹਿਸ ਭੱਗ ਸਕਦੀ ਆ ਬਹਿਸ ਭਾਕੇ ਕੋਈ ਮਸਲਾ ਨਹੀਂ ਵਿਚਾਰਕ ਤੌਰ ਤੇ ਬਹਿਸ ਹੋਵੇ ਕੋਈ ਮਸਲਾ ਨਹੀਂ ਪਰ ਪੰਜਾਬ ਦੇ ਵਿੱਚ ਇਹ ਦ੍ਰਿਸ਼ ਬਾਰ-ਬਾਰ ਨਾ ਦੁਹਰਾਇਆ ਜਾਣਾ ਉਹਦੇ ਲਈ ਕੀ ਕਰਨਾ ਹੈ ਸੋਚਣਾ ਪਵੇ